ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਆ ਜਾਓ ਫਿਰ ਗੱਲ ਕਰਦੇ ਹਾਂ ਚਮਕੀਲੇ ਦੀ ਨਵੀਂ ਫਿਲਮ ਆਈ ਅਮਰ ਸਿੰਘ ਚਮਕੀਲਾ। ਮੈਂ ਕੁਝ ਕਾਰਨ ਦੱਸੂਗਾ ਤੁਹਾਨੂੰ ਜਿਹੜੇ ਕਾਰਨਾਂ ਕਰਕੇ ਚਮਕੀਲੇ ਨੂੰ ਮਾਰਿਆ ਗਿਆ ਸੀ ਕਿ ਚਮਕੀਲੇ ਨੂੰ ਇਸ ਦੁਨੀਆ ਤੋਂ ਉਠਾ ਦਿੱਤਾ ਗਿਆ ਸੀ ਨਾਲ ਅਮਰਜੋਤ। ਦੋਸਤੋ ਸਾਰੀਆਂ ਗੱਲਾਂ ਹੋ ਗਈਆਂ ਚਮਕੀਲੇ ਤੇ, ਬਹੁਤ ਚੈਨਲਾਂ ਨੇ ਬਹੁਤ ਚਰਚਾ ਕਰ ਲਈ ਆ, ਪਰ ਜਿਹੜੀ ਮੈਂ ਗੱਲ ਕਰੂੰਗਾ, ਮੈਂ ਤੁਹਾਨੂੰ ਇਹ ਦੱਸੂਗਾ ਵੀ ਚਮਕੀਲੇ ਦੀ ਮੌਤ ਦੇ ਕਾਰਨਾਂ ਨੇ ਜਿਹੜੇ, ਉਹ ਸਭ ਤੋਂ ਪਹਿਲਾ ਕਾਰਨ ਇਹ ਸੀ ਵੀ ਚਮਕੀਲਾ ਗੰਦੇ ਗੀਤ ਗਾਉਂਦਾ, ਇਹ ਉਹਦੇ ਤੇ ਲੱਗਦਾ ਸੀ ਟੈਗ। ਗੰਦੇ ਗੀਤ ਤਾਂ ਹੋਰ ਵੀ ਗਾਉਂਦੇ ਸੀਗੇ, ਤੇ ਦੂਜੇ ਨੰਬਰ ਤੇ ਇਹ ਕਿਹਾ ਜਾਂਦਾ ਸੀਗਾ ਵੀ ਇੱਕ ਪਾਸੇ ਤਾਂ ਕੌਮ ਦੀ ਚੱਲ ਰਹੀ ਆ, ਦੂਜੇ ਪਾਸੇ ਇਹ ਸਿਸਟਮ ਨਾਲ ਰਲ ਕੇ ਨੌਜਵਾਨੀ ਨੂੰ ਮਾੜੇ ਪਾਸੇ ਵੱਲ ਧੱਕ ਰਿਹਾ ਆ, ਮਾੜਿਆਂ ਗੀਤਾਂ ਰਾਹੀਂ ਜਾਂ ਇੱਕ ਜਿਹੜਾ ਸੱਭਿਆਚਾਰ ਨੂੰ ਗੰਧਲਾ ਕੀਤਾ ਜਾ ਰਿਹਾ। ਇੱਕ ਇਹ ਸੀ ਕਿ ਫਰੌਤੀਆਂ ਮੰਗੀਆਂ ਜਾ ਰਹੀਆਂ ਸੀਆਂ ਚਮਕੀਲੇ ਤੋਂ, ਫਰੌਤੀ ਦੇ ਦਿੰਦਾ ਤੇ ਬਚ ਜਾਂਦਾ, ਤੇ ਇੱਕ ਚੌਥਾ ਕਾਰਨ ਇਹ ਵੀ ਆ ਵੀ ਚਮਕੀਲੇ ਨੂੰ ਨਾਲ ਦੇ ਸਮਕਾਲੀ ਕਲਾਕਾਰ ਸੀ ਜਿਹੜੇ, ਉਹ ਨਹੀਂ ਸੀ ਜਰਦੇ, ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਕੰਮ ਚਮਕੀਲਾ ਖਾ ਰਿਹਾ ਆ, ਜਿਹੜਾ ਸਾਡੇ ਹਿੱਸੇ ਦਾ ਕੰਮ ਉਹ ਚਮਕੀਲੇ ਨੂੰ ਜਾ ਰਿਹਾ ਆ। ਇੱਕ ਇਹ ਕਾਰਨ ਵੀ ਮੰਨਿਆ ਜਾਂਦਾ ਕਿ ਚਮਕੀਲੇ ਨੇ ਇਹ ਕਹਿਤਾ ਸੀ ਵੀ ਮੈਂ ਖੜਕੂਆਂ ਨੂੰ ਪੈਸੇ ਦੇ ਦਿੱਤੇ ਉਹ ਆ, ਉਹ ਕਹਿੰਦੇ ਹੁਣ ਜੋ ਮਰਜੀਗਾ। ਤੇ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਵੀ ਚਿੱਠੀਆਂ ਆ ਰਹੀਆਂ ਸੀਆਂ ਚਮਕੀਲੇ ਨੂੰ ਵੀ ਤੈਨੂੰ ਮੁਕਾ ਦਿੱਤਾ ਜਾਊ, ਤੈਨੂੰ ਸੋਧ ਦਿੱਤਾ ਜਾਊ, ਤੈਨੂੰ ਇਸ ਤਰ੍ਹਾਂ ਕਰ ਦਿੱਤਾ ਜਾਊ, ਪਰ ਉਹ ਚਿੱਠੀਆਂ ਕੁਝ ਚਮਕੀਲੇ ਨੂੰ ਨਹੀਂ ਦਿੱਤੀਆਂ ਗਈਆਂ, ਚਮਕੀਲੇ ਨੇ ਤੋਂ ਪਰਦੇ 'ਚ ਰੱਖੀਆਂ ਗਈਆਂ। ਤੇ ਇੱਕ ਚਮਕੀਲੇ ਨੇ ਜਾ ਕੇ ਦਰਬਾਰ ਸਾਹਿਬ ਤੇ ਮਾਫ਼ੀ ਵੀ ਮੰਗੀ ਸੀ, ਦੇ ਕਰਾ ਕੇ ਆਪਣੀ ਭੁੱਲ ਬਖਸ਼ਾ ਕੇ ਆ ਗਿਆ ਸੀਗਾ। ਤੇ ਇੱਕ ਇਹ ਕਾਰਨ ਮੰਨਿਆ ਗਿਆ ਸਭ ਤੋਂ ਵੱਡਾ ਕੰਪਨੀ, ਜਿਹੜੀ ਕੰਪਨੀ ਨਾਲ ਉਹਦਾ ਕੰਟਰੈਕਟ ਸੀਗਾ ਹਨਾ ਚਮਕੀਲੇ ਦਾ, ਉਹ ਕੰਪਨੀ ਨੂੰ ਕਿਹਾ ਸੀ ਚਮਕੀਲੇ ਨੇ ਵੀ ਹੁਣ ਮੇਰੀ ਗੱਲਬਾਤ ਹੋ ਚੁੱਕੀ ਆ, ਮੈਂ ਉਹਨਾਂ ਧਿਰਾਂ ਦੇ ਨਾਲ ਜਥੇਬੰਦੀਆਂ ਨਾਲ ਗੱਲ ਕਰ ਲਈ, ਉਹ ਹੁਣ ਤੁਸੀਂ ਆਹ ਗਾਣਾ ਨਾ ਪਾਇਓ। ਤੇ ਕਹਿੰਦੇ ਕੰਪਨੀ ਨੇ ਚਮਕੀਲੇ ਦੇ ਨਾਲ ਧੋਖਾ ਕੀਤਾ ਸੀ ਕਿ ਉਹਨਾਂ ਨੇ ਗਾਣੇ ਜਿਹੜਾ ਟੇਪ ਦਾ ਜਿਹੜਾ ਰਿਕਾਰਡ ਸੀਗਾ ਉਹਦਾ ਜਿਹੜਾ ਟਾਈਟਲ ਸੀ ਉਹ ਤਾਂ ਬਦਲ ਦਿੱਤਾ ਟੇਪ ਦਾ, ਪਰ ਵਿੱਚ ਗਾਣਾ ਫਿਰ ਉਹੀ ਪਾ ਦਿੱਤਾ ਸੀ। ਇਹ ਵੀ ਇੱਕ ਕਹਿੰਦੇ ਬਹੁਤ ਵੱਡਾ ਕਾਰਨ ਬਣਿਆ ਚਮਕੀਲੇ ਦਾ ਇਸ ਜਹਾਨ ਤੋਂ ਜਾਣ ਦਾ, ਕਿ ਇਹਨਾਂ ਨੇ ਸੋਚਿਆ ਫਿਰ ਇਹ ਤਾਂ ਚਮਕੀਲਾ ਮੁੜ ਕੇ ਫਿਰ ਉਦਾਂ ਦੇ ਗੀਤ ਗਾਉਣ ਲੱਗ ਪਿਆ, ਕਿਉਂਕਿ ਪਹਿਲਾਂ ਉਹਨੇ ਧਾਰਮਿਕ ਗੀਤ ਵੀ ਗਾਏ ਸੀਗੇ। ਸਭ ਤੋਂ ਵੱਡਾ ਕਾਰਨ ਇਹੋ ਹੀ ਆ ਵੀ ਚਮਕੀਲੇ ਨੂੰ ਪਤਾ ਹੀ ਨਹੀਂ ਸੀ ਕਿ ਮੇਰੇ ਲਈ ਆਹ ਮੁਸੀਬਤ ਖੜ ਜਾਊਗੀ, ਕਿ ਗਾਣਾ ਇਹਨਾਂ ਨੇ ਵਿੱਚ ਪਾ ਦਿੱਤਾ, ਉਹ ਗਾਣਾ ਆਉਣ ਕਰਕੇ ਉਹਨਾਂ ਨੂੰ ਲੱਗਾ ਵੀ ਇਹ ਸਾਨੂੰ ਚੜਾ ਰਿਹਾ ਹੈ, ਇਹ ਕੁਝ ਮੰਨ ਨਹੀਂ ਰਿਹਾ। ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿੰਦਾ, ਇੱਕ ਸਭ ਤੋਂ ਵੱਡਾ ਕਾਰਨ ਮਾਹੌਲ ਸਿਰਜਿਆ ਗਿਆ ਸੀ ਚਮਕੀਲੇ ਦੇ ਖਿਲਾਫ, ਇੱਕ ਐਸਾ ਮਾਹੌਲ ਸਿਰਜਿਆ ਗਿਆ ਕਿ ਚਮਕੀਲਾ ਆ ਕਰਦਾ, ਉਹ ਕਰਦੇ ਬਾਕੀ ਵੀ ਸੀ, ਪਰ ਬਸ ਇਹ ਇੱਕ ਬੱਕਰੇ ਦੀ ਬਲੀ ਬਣਾ ਦਿੱਤਾ ਗਿਆ ਚਮਕੀਲੇ ਨੂੰ ਮਾਹੌਲ ਸਿਰਜ ਕੇ। ਤੁਸੀਂ ਇਹਨਾਂ ਵਿੱਚੋਂ ਕੀ ਕਾਰਨ ਮੰਨਦੇ ਹੋ ਜ਼ਰੂਰ ਦੱਸਿਓ, ਮੈਂ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹੂੰਗਾ, ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਜੁੜੇ ਰਹੋ, ਧੰਨਵਾਦ।